ਤੁਹਾਨੂੰ ਪਤਾ ਸਾਨੂੰ ਸਾਰਿਆਂ ਨੂੰ ਇੰਨੀਆਂ ਜ਼ਿਆਦਾ ਪ੍ਰੋਬਲਮਸ ਕਿਉਂ ਹੁੰਦੀਆਂ ਜਦੋਂ ਅਸੀਂ ਆਪਣਾ ਧਿਆਨ ਨਹੀਂ ਰੱਖਦੇ? ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਤਾਂ ਡਾਇਟ ਖਾਣ ਨੂੰ ਟਾਈਮ ਹੀ ਨਹੀਂ ਹੈ, ਸਾਡੇ ਕੋਲ ਤਾਂ ਆਪਣਾ ਧਿਆਨ ਰੱਖਣ ਨੂੰ ਟਾਈਮ ਨਹੀਂ, ਐਕਸਰਸਾਈਜ਼ ਕਰਨ ਨੂੰ ਟਾਈਮ ਹੀ ਨਹੀਂ ਮਿਲਦਾ, ਨਾ ਸਵੇਰੇ ਨਾ ਰਾਤੀ। ਸਵੇਰੇ ਦੋ ਫੁਲਕੇ ਖਾਂਦੇ ਹਾਂ, ਆਫਟਰਨੂਨ 'ਚ ਕੁਛ ਨਹੀਂ ਖਾਂਦੇ, ਰਾਤੀ ਫਿਰ ਦੋ ਫੁਲਕੇ ਖਾਂਦੇ ਹਾਂ। ਤੁਸੀਂ ਕਦੀ ਜਦੋਂ ਹੋਸਪਿਟਲ ਜਾਂਦੇ ਹੋ, ਆਪਣੀਆਂ ਰਿਪੋਰਟਸ ਕਰਵਾਉਂਦੇ ਹੋ, ਜਾਂ ਡਾਕਟਰ ਕਹਿੰਦਾ ਤੁਹਾਨੂੰ ਇਹ ਦਵਾਈ ਖਾਣੀ ਪਏਗੀ, ਤੁਹਾਨੂੰ ਆਪਰੇਸ਼ਨ ਕਰਾਉਣਾ ਪਏਗਾ, ਤੁਹਾਨੂੰ ਸਰਜਰੀ ਕਰਾਉਣੀ ਪਏਗੀ, ਤੁਸੀਂ ਉਹਦੇ ਕੋਲ ਡਾਕਟਰ ਨੂੰ ਕਿਹਾ ਕਿ ਡਾਕਟਰ ਸਾਹਿਬ ਸਾਡੇ ਕੋਲ ਟਾਈਮ ਹੀ ਨਹੀਂ ਹੈ, ਰਿਪੋਰਟਸ ਕਰਾਉਣ ਨੂੰ ਟਾਈਮ ਨਹੀਂ ਹੈ, ਦਵਾਈ ਖਾਣ ਨੂੰ ਟਾਈਮ ਨਹੀਂ ਹੈ, ਆਪਰੇਸ਼ਨ ਕਰਾਉਣ ਨੂੰ ਟਾਈਮ ਨਹੀਂ ਹੈ, ਸਰਜਰੀ ਕਰਾਉਣ ਨੂੰ ਟਾਈਮ ਨਹੀਂ ਹੈ, ਉਦੋਂ ਕਿਉਂ ਨਹੀਂ ਕਹਿੰਦੇ ਡਾਕਟਰ ਨੂੰ? ਕਿਉਂਕਿ ਤੁਹਾਨੂੂੰ ਪਤਾ ਹੈ ਕਿ ਹੁਣ ਤਾਂ ਯਾਰ ਸਰੀਰ 'ਤੇ ਆ ਗਈ, ਜਾਨ 'ਤੇ ਆ ਗਈ, ਹੁਣ ਤਾਂ ਕਰਨਾ ਹੀ ਪੈਣਾ। ਆਖਿਰ ਉਹ ਨੌਬਤ ਆਉਂਦੀ ਕਿਉਂ ਹੈ? ਜੇ ਤੁਸੀਂ ਹੁਣੇ ਵਧੀਆ ਡਾਇਟ ਖਾਓ, ਰੈਗੂਲਰ ਐਕਸਰਸਾਈਜ਼ ਕਰੋ, ਸਵੇਰੇ ਅਰਲੀ ਮਾਰਨਿੰਗ ਉੱਠੋ, ਤੁਹਾਨੂੰ ਜ਼ਿੰਦਗੀ 'ਚ ਨਾ ਕਦੇ ਕੋਈ ਦਵਾਈ ਖਾਣ ਦੀ ਲੋੜ ਪਏਗੀ, ਨਾ ਕੋਈ ਸਰਜਰੀ ਕਰਾਉਣ ਦੀ ਲੋੜ ਪਏਗੀ, ਨਾ ਹੀ ਤੁਹਾਨੂੰ ਕਦੇ ਕੋਈ ਹੈਲਥ ਇਸ਼ੂਜ਼ ਆਏਗਾ। ਪਲੀਜ਼ ਸੋਚੋ, ਦਵਾਈਆਂ ਜਾਂ ਨੈਚੁਰਲ ਡਾਇਟ, ਤੁਸੀਂ ਦੋਨਾਂ ਵਿੱਚੋਂ ਕਿਹਨੂੰ ਚੂਜ਼ ਕਰ ਰਹੇ ਹੋ?